ਉਹਨਾਂ ਦੇ ਮਨ ਵਿੱਚ ਜਿਹੜੀ ਪ੍ਰੀਤੀ ਹੁੰਦੀ ਹੈ ਪਰਮਾਤਮਾ ਦੇ ਦਰਸ਼ਨਾਂ ਨੂੰ ਹੁੰਦੀ ਹੈ। ਉਹਨਾਂ ਦਾ ਮਨ ਦਾ ਬੁਗਣਾ ਹੁੰਦਾ ਹੈ ਸਾਨੂੰ ਪਰਮਾਤਮਾ ਦੇ ਦਰਸ਼ਨ ਹੋ, ਹਰ ਵਕਤ ਪਰਮਾਤਮਾ ਦੇ ਦਰਸ਼ਨ ਉਹ ਕਰਦੇ ਨੇ ਤੇ ਸਭ ਦੇ ਵਿੱਚ ਹੀ ਉਹ ਪਰਮਾਤਮਾ ਨੂੰ ਦੇਖਦੇ ਨੇ। ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਤੀਸਰੇ ਸਰੂਪ ਸਤਿਗੁਰੂ ਪਾਤਸ਼ਾਹ ਜੀ ਉਹ ਕਹਿ ਰਹੇ ਨੇ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਇਹ ਮੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ ਹਰ ਦਾ ਵਰਨਾ ਦੇਖੋ ਕੋਈ ਆਪਣੀਆਂ ਅੱਖਾਂ ਨੂੰ ਉਪਦੇਸ਼ ਦਿੰਦੇ ਨੇ। ਸਭ ਦੇ ਵਿੱਚ ਪਰਮਾਤਮਾ ਹੈ ਹਰੀ ਹੈ ਤੇ ਹਰੀ ਬਿਨਾ ਕਿਸੇ ਨੂੰ ਨਾ ਦੇਖੋ, ਸਭ ਦੇ ਵਿੱਚ ਹਰੀ ਦੇਖੋ। ਇਸੇ ਤਰ੍ਹਾਂ ਆਪਣੀ ਦੀ ਅਵਸਥਾ ਹੈ ਉਹ ਸਭ ਦੇ ਵਿੱਚ ਹਰੀ ਪਰਮਾਤਮਾ ਦੀ ਜੋਤ ਦੇਖਦਾ ਹੈ। ਪਾਤਰੇ ਪਾਤਰੇ ਦਾ ਭਾਵ ਹੈ ਤੇ ਭਾਵ ਹੈ ਪਰਾਈ ਇਸਤਰੀ, ਜਿਹੜੀ ਪਰਾਈ ਇਸਤਰੀ ਹੈ ਉਹਨੂੰ ਬੁਰੀ ਦ੍ਰਿਸ਼ਟ ਨਾਲ ਕਦੇ ਵੀ ਨੇਤਰਾਂ ਨਾਲ ਨਹੀਂ ਵੇਖਦਾ। ਉਹਦੀ ਜਿਹੜੀ ਵੇਖਣੀ ਹੈ ਸਾਧ ਸੰਗਤ ਇਸ ਤਰ੍ਹਾਂ ਜਿਹੜੇ ਗੁਰੂ ਮਹਾਰਾਜ ਜੀ ਬਾਣੀ ਵਿੱਚ ਪੁਜਾਰਨ ਕਰ ਰਹੇ ਨੇ ਸ੍ਰੀ ਭਗਵਾਨ ਵੇਖ ਪਰਾਈਆਂ ਚੰਗੀਆਂ ਮਾਂ ਭੈਣਾਂ ਧੀਆਂ ਜਾਣ ਮਾਂ ਭੈਣਾਂ ਧੀਆਂ ਜਾਣ ਕੇ ਉਹ ਵੇਖਦੇ ਹਨ। ਉਹਨਾਂ ਦੀ ਵੇਖਣੀ ਇਹ ਹੈ, ਇਹ ਹੈ ਗੁਰੂ ਖਾਲਸੇ ਪੰਥ ਦੇ ਰਹਿਤ ਨਾਲ ਸਾਧ ਸੰਗਤ ਜੀ ਜਿਹੜੀ ਛੋਟੀ ਹੈ ਉਹਨੂੰ ਧੀ ਸਵਾਲ, ਜਿਹੜੀ ਬਰਾਬਰ ਦੀ ਹੈ ਉਹਨੂੰ ਭੈਣ ਸਵਾਲ, ਜਿਹੜੀ ਵੱਡੀ ਉਹਨੂੰ ਮਾਂ ਦਾ ਸਵਾਲ। ਇਸੇ ਤਰ੍ਹਾਂ ਇਸਤਰੀਆਂ